ਨਾ ਜਾਏ। ਅੱਲਾ ਤੁਹਾਨੂੰ ਤੌਫੀਕ ਦੇ, ਹਜ ਔਰ ਉਮਰੇ ਦਾ ਸਿਲਸਿਲਾ ਤਾਂ ਰੱਬ ਨੇ ਆਪੇ ਬਣਾ ਦੇਣਾ, ਹੋ ਰਿਹਾ ਦੋ ਬੱਚੀਆਂ ਦਾ ਮਾਮਲਾ ਸਾਹਮਣੇ, ਮਗਰ ਦੋਵੇਂ ਅੱਜ ਨਹੀਂ ਟਰਖਾਉਣੀਆਂ, ਦੋਵੇਂ ਅਲੱਗ ਅਲੱਗ ਆ। ਦੋਵਾਂ ਦੇ ਬਾਰੇ 'ਚ ਅੱਲਾ ਤਾਲਾ ਤੌਫੀਕ ਦੇ, ਅਤੇ ਦਿਲ ਖੋਲ੍ਹ ਕੇ ਮਦਦ ਕਰਨੀ ਜੇ ਸਾਡਾ ਉਮਰਾ ਪੂਰਾ ਹੋ ਜਾਏ, ਤੁਹਾਡਾ ਵੀ ਇੱਥੇ ਬੈਠਿਆਂ ਦਾ ਹੱਜ ਹੋ ਜਾਏ। ਉਹਨਾਂ ਦੋਵਾਂ ਬੱਚੀਆਂ ਦੀ ਸ਼ਾਦੀ ਕਰਾਓ, ਉਹਨਾਂ ਨੂੰ ਘਰਾਂ 'ਚ ਭੇਜੋ। ਇੱਕ ਆਦਮੀ ਜੀਣ ਆਏ ਸੀ, ਉਹਨਾਂ ਦੀ ਅਗਲੀ ਵਾਰੀ ਆ, ਉਹਨਾਂ ਨੇ ਇੱਕ ਬੱਚੀ ਦੀ ਸਿਫਾਰਿਸ਼ ਕੀਤੀ ਹੈ, ਇੱਕ ਬੱਚੀ ਦੂਸਰੀ ਹੈ, ਸਾਰੇ ਮੇਰੇ ਜਾਣੇ ਪਹਿਚਾਣੇ ਆ। ਅੱਲਾ ਤੌਫੀਕ ਦੇ, ਜਿਹਦੇ 'ਚ ਕਮੀ ਨਾ ਛੱਡੇ, ਫਿਰ ਕੇ ਸਾਰੇ ਬੰਦੇ ਜਿਹਨੇ ਤੁਸੀਂ ਵੇਖਦੇ ਜਿਵੇਂ ਇੱਕ ਬੱਚੀ ਦੀ ਸ਼ਾਦੀ 'ਤੇ ਕਮ ਅਜ਼ ਕਮ 40,000 ਜਿਹੜਾ ਇਹ ਵੀ ਮੈਂ ਐਸਟੀਮੇਟ ਅੰਦਾਜ਼ਾ ਘੱਟ ਲਾਉਣਾ, ਵਰਨਾ ਅਸੀਂ ਜਿਹੜੇ ਕਰਨੇ ਉਹ 'ਤੇ ਲੱਖਾਂ ਖਰਚ ਕਰਨੇ, ਐਵੇਂ ਸ਼ਾਦੀਆਂ ਹੁੰਦੀਆਂ। ਤਾਂ ਕਮ ਅਜ਼ ਕਮ ਉਹਨਾਂ ਮਿਸਕੀਨ ਬੱਚੀਆਂ ਲਈ ਆਪਣੀ ਹੈਸੀਅਤ ਦੇ ਮੁਤਾਬਕ ਜ਼ਿਆਦਾ ਤੋਂ ਜ਼ਿਆਦਾ ਦੇ ਦਿਓ, ਇਨਸ਼ਾ ਅੱਲਾਹ ਮੇਰੇ ਜਾਂ ਤੁਹਾਡੀ ਬਿਹਤਰ ਹੋਣਾ। ਅੱਲਾਹ ਦੇ ਰਸੂਲ ਦਾ ਫਰਮਾਨ ਜਿਹੜਾ, ਇਹ ਮੇਰੀ ਤੁਹਾਡੀ ਸਰੀਰ ਕਾਫੀ ਹੈ ਕਿ ਮੈਂ ਔਰ ਮਿਸਕੀਨ ਦੀ ਮਦਦ ਕਰਨ ਵਾਲਾ ਦਿਨ ਕਿਆਮ ਦਾ ਇੱਦਾਂ ਹੋਵਾਂਗੇ। ਹੈਂ ਪਰ ਸੂਲਾ ਦੇ ਨਾਲ ਹੋਈਏ ਤਾਂ ਆਪ ਵੀ ਚੰਦੇ ਥਰ, ਇਹ ਤੋਂ ਵੱਡੀ ਕੋਈ ਦੌਲਤ ਹੈਗੀ? ਮੰਗਿਆ ਕਰੋ ਕਿ ਅੱਲਾ ਅਸੀਂ ਜੋ ਕੁਛ ਵੀ ਹਾਂ, ਮਗਰ ਉਸ ਦਿਨ ਜਦੋਂ ਦਿਨ ਆਵੇ ਅੱਲਾਹ ਦਾ ਰਸੂਲ ਅੱਗੇ ਝੰਡਾ ਲੈ ਕੇ ਜਾ ਰਿਹਾ ਹੋਵੇ ਤੁਸੀਂ ਪਿੱਛੇ ਜਾ ਰਹੇ ਹੋ, ਹੈਂ ਇਹ ਦੌਲਤ ਨਸੀਬ ਕਰਨੀ, ਹਜ਼ੂਰ ਦੀ ਜ਼ਿਆਰਤ ਹੋ ਜਾਏ ਉੱਥੇ। ਅਤੇ ਇਹ ਸਮਝੋ ਜਿਸ ਮੁਸਲਮਾਨ ਬੱਚੀ ਦੀ ਤੁਸੀਂ ਖਿਦਮਤ ਕਰੀ, ਕਿਸੇ ਦੀ ਬੱਚੀ ਨਹੀਂ, ਖੁਦ ਰਸੂਲਾ ਦੀ ਬੱਚੀ ਹੈ। ਕੁਰਾਨ ਨੇ ਜਦੋਂ ਕਿਹਾ ਵੀ ਹਜ਼ੂਰ ਦੀ ਬੀਵੀਆਂ ਸਾਡੀਆਂ ਮਾਵਾਂ, ਤਾਂ ਨਬੀ ਪਾਕ ਬਾਪ ਆ, ਇਸ ਤੋਂ ਹਰ ਬੱਚੀ ਇਸ ਉਮਰ ਦੀ ਜਿਹੜੀ ਖੁਦ ਰਸੂਲਾ ਦੀ ਬੱਚੀ ਹੈ, ਉਹਦਾ ਇਹ ਸਮਝ ਕੇ ਨਾ ਨਿਕਾਹ ਦੀ ਕੋਸ਼ਿਸ਼ ਕਰਿਆ ਕਰੋ।